कबीर जपनी कांठ की क्या दिखलावे लोए, हृदय राम नचित ही ए जपनी क्या होए। कबीर बिरों पयंगम मन बसै, मंत न मने कोई, राम बियोगी ना जिया, जिया तां बौरा होए। वाहिगुरु जी का खालसा, वाहिगुरु जी की फतेह। तन तन सतगुरु श्री गुरु ग्रंथ साहिब पातशाह जी के पावन चरणों के विच शुभायमान गुरु प्यार वाले गुरु सवारे सतसंगी जनों, लड़ीवार भगत बाबा कबीर साहब जी के पावन श्लोकों नूं असीं समझण दा यतन कर रहे हाँ जी। श्लोक नंबर 75, 76 और 77 का पाठ संगति रूप आपां उचारण कीता, नाल सरवण भी कीता। कबीर जपनी काठ की क्या दिखलावै लोए। जपनी का अर्थ है माला, काठ का अर्थ है लकड़ दी। लकड़ की माला का अर्थ है गुरमुख रुद्राक्ष की माला। सनातन मत दे विच रुद्राक्ष जिहड़ा है वो शिव नूं कहा जाता है। शिव का नाम है रुद्राक्ष, रुद्रा शिव का नाम है। शिव दियां अखां दे हंजुआं दी माला मन्निया जाता है, जिहड़ा रुद्राक्ष है ना, रुद्राक्ष है जिहड़ा, वो शिव दे हंजुआं दा बनिया होया है। रुद्राक्ष शिव दे हंजुआं दा बनिया होया। सनातन मत विच कहा जाता है भी रुद्राक्ष तो पवित्र ब्रह्मांड विच कोई दूजी चीज ही नहीं है। पूरे ब्रह्मांड विच इस तो पवित्र चीज ही कोई नहीं है रुद्राक्ष तो पवित्र, क्योंकि ये शिव दे हंजुआ तो बनया होया है। उन्हां दी अपनी मानता है जी, उन्हां दे अपने धर्म ग्रंथ ने, ठीक है। पर गुरु नानक साहिब पातशाह दे जदों घर ने माला की गल की, गुरु नानक साहिब पातशाह गुरु ग्रंथ साहिब सतगुरां ने सिख नूं सदा बाहर दे विखावे तो दूर रखिया। पातशाह ने कहा नहीं, जदों धर्म की दुनिया दे विच बंदा बाहर दे विखावे विच पै जांदा है फिर ध्यान बाहर ही रहिंदा है, अंतर अंतर आत्मे ध्यान ही नहीं जांदा। गुरु जदों मनुख शरीर नूं सवारन दे उत्ते ही सारा जोर देवे फिर मन नूं सवारन लई कित्थे जाएगा। कपूर जी गल लिखते है, वो कहिंदे जुत्तियां ना पैरां च हुंदियां ने ते किताबां ने जिहड़ियां वो ज्ञान रूप हुंदियां ने, बंदे दी बुद्धि अंदर चाहीदियां ने। पर तुसीं अज बाजार जदों जाओगे ना, कई कई बार ऐसा मिल जांदा है कि जुत्तियां शीशां जड़ियां पईयां ने,
ਤੇ ਕਿਤਾਬਾਂ ਧਰਤੀ ਉੱਤੇ ਥੱਲੇ ਰੱਖ ਰੱਖ ਵੇਚੀ ਜਾਂਦੇ ਨੇ। ਹੁੰਦਾ ਹੈ ਨਾ ਏਦਾਂ, ਕਿਤਾਬਾਂ ਮਿੱਟੀ ਦੇ ਉੱਤੇ ਪਈਆਂ ਹੁੰਦੀਆਂ ਨੇ ਕਈ ਥਾਵਾਂ ਉੱਤੇ ਏਦਾਂ ਉੱਤੇ ਢੇਰ ਲਾ ਕੇ, ਤੇ ਜੁੱਤੀਆਂ ਸ਼ੋ ਪੀਸ ਵਿੱਚ ਸਜਾ ਕੇ ਰੱਖੀਆਂ ਹੁੰਦੀਆਂ। ਉਹ ਸਮਝ ਪੈਂਦੀ ਹੈ ਵੀ ਹਿੰਦੁਸਤਾਨ ਦੇ ਲੋਕਾਂ ਦੀ ਮੱਤ ਕਿੱਥੇ ਖੜੀ ਹੈ। ਪਰ ਗੁਰੂ ਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਤਾਂ ਗੁਰਮੁਖੋਂ ਗਿਆਨ ਨੂੰ ਹੀ ਸ੍ਰੇਸ਼ਟ ਦੱਸਿਆ, ਸ਼ਬਦ ਨੂੰ ਹੀ ਸਭ ਤੋਂ ਉੱਪਰ ਰੱਖਿਆ। ਇਸ ਕਰਕੇ ਪਾਤਸ਼ਾਹ ਜੀ ਨੇ ਸਿੱਖ ਨੂੰ ਵਾਰ ਵਾਰ ਇਹ ਬਚਨ ਕਿਹਾ ਵੀ ਸਿੱਖਾ, ਧਰਮ ਦੀ ਦੁਨੀਆ ਅੰਤਰ ਆਤਮੇ ਦੀ ਖੇਡ ਹੈ, ਬਾਹਰ ਦੇ ਵਿਖਾਵੇ ਤੋਂ ਬਚੀ। ਥਾਂ ਥਾਂ 'ਤੇ ਗੱਲ ਕਿਹਾ, ਕਰਮ ਧਰਮ ਪਖੰਡ ਜੋ ਦਿਸੈ ਤਿਨ ਜਮ ਜਗਾਤੀ ਲੁੱਟ ਹੈ। ਕਿਤੇ ਗੁਰੂ ਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਗੁਰਮੁਖੋ ਬਨਾਰਸ ਦੀ ਧਰਤੀ 'ਤੇ ਜਾਂਦੇ ਹੈ ਅਤੇ ਉੱਥੋਂ ਦੇ ਪੰਡਤਾਂ ਦਾ ਬਾਹਰ ਦਾ ਸਰੂਪ ਦੇਖਦੇ ਹੈ ਅਤੇ ਅੰਤਰ ਆਤਮਾ ਨੂੰ ਵੀ ਦੇਖਦੇ ਹੈ, ਅਤੇ ਜੋ ਬਾਬੇ ਨੇ ਦੇਖਿਆ ਬਾਹਰੀ ਦੇਖਿਆ ਉਹ ਵੀ ਬਿਆਨ ਕੀਤਾ, ਜੋ ਅੰਤਰ ਆਤਮੇ ਦੇਖਿਆ ਉਹ ਵੀ ਬਿਆਨ ਕੀਤਾ। ਬਾਹਰ ਕੀ ਦੇਖਿਆ, ਗੱਜ ਸਾਢੇ ਤਰੇ ਤਰੇ ਧੋਤੀਆਂ, ਤੇਹਰੇ ਪਾਇਨ ਤੱਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਿਬੱਗ। ਇਹ ਬਾਹਰੋਂ ਹੈ ਨਾ ਸਰੂਪ, ਜਦੋਂ ਅੰਤਰ ਆਤਮੇ ਝਾਤ ਮਾਰੀ ਕਹਿਣ ਲੱਗੇ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਭਾਈ ਠੱਗ ਹੈ, ਇਹ ਮਾਲਾ ਦਿਖਾ ਕੇ ਲੁੱਟਦੇ ਹੈ। ਡਾਕੂ ਘੋੜੇ 'ਤੇ ਚੜ੍ਹ ਕੇ ਆਵੇ ਅਤੇ ਬੰਦੂਕ ਦਿਖਾ ਕੇ ਲੁੱਟਦਾ, ਚਾਕੂ ਦਿਖਾ ਕੇ ਲੁੱਟਦਾ। ਇਹ ਭਾਈ ਧਰਮ ਦੇ ਗ੍ਰੰਥ ਤਿਲਕ ਮਾਲਾ ਦਿਖਾ ਕੇ ਲੋਕਾਂ ਨੂੰ ਲੁੱਟਦੇ ਹੈ। ਕੰਮ ਦੋ ਲੁੱਟਣਾ ਹੀ ਹੈ ਦੋਨਾਂ ਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਇਹ ਗੁਰਮੁਖੋ ਜਿਹੜੀ ਮਾਲਾ ਸੀ ਨਾ, ਜਦੋਂ ਆਪਾਂ ਪਹਿਲਾਂ ਸਲੋਕ ਵਿਚਾਰਿਆ ਸੀ ਕਬੀਰ ਸਾਹਿਬ ਦਾ, ਅਤੇ ਕਬੀਰ ਸਾਹਿਬ ਨੇ ਆਪਣੇ ਸਲੋਕਾਂ ਦੀ ਵਿਚਾਰ ਹੀ ਆਰੰਭ ਇੱਥੋਂ ਕੀਤੀ, ਕਬੀਰ ਮੇਰੀ ਸਿਮਰਨੀ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਸ਼ੁਰੂਆਤ ਹੀ ਇੱਥੋਂ ਕੀਤੀ। ਸਿਮਰਨੀ ਦਾ ਅਰਥ ਹੈ ਸਿਮਰਨ ਕਰਨ ਦੇ ਲਈ ਹੱਥ ਵਿੱਚ ਫੜੀ ਹੋਈ ਮਾਲਾ। ਭਾਈ ਮੇਰੀ ਮਾਲਾ ਉਹ ਨਹੀਂ ਹੈ ਜਿਹੜੀ ਬ੍ਰਾਹਮਣਾਂ ਨੇ ਯੋਗੀਆਂ ਨੇ ਹੱਥ ਵਿੱਚ ਪਕੜੀ ਹੈ, ਮੈਂ ਉਸ ਨੂੰ ਮਾਲਾ ਬਣਾਇਆ ਜਿਹੜੀ ਪਰਮਾਤਮਾ ਨੇ ਮੈਨੂੰ ਜ਼ਬਾਨ ਬਖਸ਼ੀ ਹੈ। ਇਹ ਰੱਬ ਨੇ ਦਿੱਤੀ ਹੈ ਮੈਨੂੰ ਸਿਮਰਨੀ, ਮੈਂ ਪਰਮਾਤਮਾ ਦੀ ਬਖਸ਼ੀ ਹੋਈ ਜ਼ਬਾਨ ਨੂੰ ਮਾਲਾ ਬਣਾ ਲਿਆ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਬਣਾ। ਗੁਰਮੁਖੋ ਦੁਨੀਆਂ ਦੇ ਲੋਕ ਇਹੀ ਸਮਝਦੇ ਸਨ ਇਹ ਜੀਵ ਖਾਣ ਪੀਣ ਦੇ ਲਈ ਹੈ, ਇਹ ਜੀਵ ਖਾਣ ਪੀਣ ਦੇ ਲਈ ਹੈ। ਕਬੀਰ ਸਾਹਿਬ ਨੇ ਕਿਹਾ ਨਹੀਂ, ਇਹ ਜ਼ਬਾਨ ਪਰਮਾਤਮਾ ਦਾ ਨਾਮ ਜਪਣ ਲਈ ਹੈ। ਰਸਨਾ ਗੁਣ ਗੋਪਾਲ ਨਿਧ ਗਾਇਨ, ਗੁਰੂ ਅਰਜਨ ਸਾਹਿਬ ਪਾਤਸ਼ਾਹ। ਇਸ ਕਰਕੇ ਜਿਹੜਾ ਗੁਰਮੁਖੋਂ ਮਾਲਾ ਦਾ ਕੰਸੈਪਟ ਹੈ ਨਾ, ਇਹ ਹੋਰ ਧਰਮਾਂ ਵਿੱਚ ਹੋ ਸਕਦਾ, ਤਸਵੀ ਮੁਸਲਮਾਨ ਵੀ ਪਕੜਦੇ ਆ, ਤਸਵੀ ਸ਼ਬਦ ਵਰਤਦੇ ਆ। ਸਨਾਤਨ ਮਤ ਅੰਦਰ ਮਾਲਾ ਕਿਹਾ ਜਾਂਦਾ। ਗੁਰੂ ਨਾਨਕ ਦੇ ਘਰ ਨੇ ਕਿਹਾ ਪਰਮਾਤਮਾ ਨੇ ਤੈਨੂੰ ਰਸਨਾ ਰੂਪੀ ਮਾਲਾ ਬਖਸ਼ੀ ਹੈ, ਜਪਿਆ ਕਰ ਪਰਮਾਤਮਾ ਦਾ ਨਾਮ, ਜ਼ਬਾਨ ਦੇ ਨਾਲ ਜਪਿਆ ਕਰ। ਇਸ ਕਰਕੇ ਕਬੀਰ ਜਪਨੀ ਕਾਠ ਕੀ, ਇਹ ਜਿਹੜੀ ਤੂੰ ਰੁਦਰਾਕਸ਼ ਦੀ ਮਾਲਾ ਪਕੜ ਕੇ ਬੈਠਾ, ਕਿਆ ਦਿਖ ਲਾਵੈ ਲੋਏ, ਲੋਏ ਦਾ ਅਰਥ ਹੈ ਲੋਕ ਲੁਕਾਈ, ਕੀ ਤੂੰ ਲੋਕਾਂ ਨੂੰ ਦਿਖਾਉਣਾ ਪਿਆ। ਗਲ ਮਾਲਾ ਤਿਲਕ ਲਲਾਟੰ, ਦੁਇ ਧੋਤੀ ਬਸਤਰ ਕਪਾਟੰ, ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ। ਪਾਤਸ਼ਾਹ ਕਹਿੰਦੇ ਜੇ ਤੂੰ ਸੱਚਮੁੱਚ ਬ੍ਰਹਮ ਨੂੰ ਜਾਣ ਲਵੇਂ ਨਾ, ਤੈਨੂੰ ਇਹ ਸਾਰੇ ਕਰਮ ਫੋਕਟ ਨਿਸ਼ਚਿਤ ਗੱਲ ਹੈ। ਇਹ ਪਾਤਸ਼ਾਹ ਕਹਿੰਦੇ ਪੱਕੀ ਗੱਲ ਹੈ, ਤੈਨੂੰ ਇਹ ਬਾਹਰ ਦੇ ਦਿਖਾਵੇ ਦੀਆਂ ਚੀਜ਼ਾਂ ਕਰਮ ਆਉਣ ਲੱਗਣਗੀਆਂ, ਇਹ ਤੈਨੂੰ ਨੇਫਲ ਲੱਗਣਗੀਆਂ ਸਾਰੀਆਂ, ਲੱਗ ਜਾਏਗਾ ਸਮਝ ਤੈਨੂੰ ਉਹਨਾਂ ਵਿੱਚੋਂ ਕੋਈ ਫਲ ਨਹੀਂ ਮਿਲਣਾ। ਇੱਕ ਬਚਨ ਹੋਰ ਆਉਂਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ, ਫਿਰ ਆਪਾਂ ਅੱਗੇ ਚੱਲਾਂਗੇ। ਸਾਲ ਗ੍ਰਾਮ ਵਿਪ ਪੂਜ ਮਨਾਵੋ,
सुकिरत तुलसी माला। गुरु नानक साहब पातशाह, राम नाम जप बेड़ा बंधो, दया करो दियो दयाला, काहे कलरा सिंचो, जन्म गवावो काची टैग दीवाल, काहे का चलावो। अर्थ समझ लो थोड़ा जि, नेपाल दे विच गुरमुखो एक नदी वहिंदी है गंडका, उहदे कोल एक पिंड है, उस पिंड ना जिहड़ा उस नदी दे आले दुआले साल दे वड्डे वड्डे ब्रिश ने, इस करके उस पिंड दा नाम ही सालग्राम है। सालग्राम साल दे दरख्तां दा नगराम। उत्थे विशेष तौर दे एक पत्थर निकलदे है, उहनू कहिंदे इह सालग्राम है, इह विष्णु दा रूप है। इस करके सालग्राम नूं थाली च रख के ते तुलसी दे पत्ते नाल रख के फिर पूजा कीती जांदी है विष्णु दी, कहिंदे बड़ी पवित्र है पूजा। इतिहास विच इह वी आउंदा है कि एक दिन गुरु अर्जन साहब सतगुरु पातशाह हरिमंदर साहब दीआं परिक्रमा च जा रहे ने, ते एक पंडित सालग्राम रख के परिक्रमा विच पूजा करदा पिया विष्णु दी। बड़ी ध्यान नाल समझो क्योंकि गल चली है माला दी जपनी दी। गुरु अर्जन देव सतगुरु पातशाह ने कहा, भाई ये गुरु नानक दा घर है, इस करके इत्थे तां रसना नूं ही माला मन्निया जांदा। असी ते दुनिया दे लोक माल बाहर दी माला दे नाल नाम जपदे ने, असी परमेश्वर दा नाम रसना नाल जपदे हां, इत्थे प्रमाण नहीं है। उन्हें कहा, पातशाह तुहाडे कोले तुसी माला नूं क्यों नहीं मनदे? पातशाह कहिंदे, असी इस करके नहीं मनदे क्योंकि साढ़े कोले इह माला नाम जपण दी माला है। आ जिहड़ा तुसीं गुरमुखो शब्द स्क्रीन दे उपर देख रहे हो ना, इह फिर कहिंदे गुरु अर्जन देव पातशाह जी ने उस समय उचारण किया। एक ब्राह्मण आया, वह पत्थर दे विष्णु सालग्राम नूं रख के वह पूजा करता पिया सी, माला पकड़ के परिक्रमा विच बैठ के करता रहा। गुरु अर्जन साहब पातशाह कहिंदे, हर हर अखर दोए ए माला, साढ़े कोले भी है भाई माला पर आ बार दी नहीं है। हर हर अखर दोए, हरी दे दो अखर ने हर हर, ये साडे लिए माला ही नहीं। हरी दा नाम साडे लिए माला ही है। जपत जपत पए दीन दयाला, असी भाई वो जिहड़ा सारे दीना उत्ते दया करन वाला है उहदा नाम जपदे हाँ। इस करके फिर पातशाह ने कहा, हर माला और अंतर धार है। हर माला, हर माला का की अर्थ है? हरी दे नाम दी माला, लक्कड़ दी नहीं। हर माला का की अर्थ है? हरी दे नाम दी माला और अंतर धार है। असी अपने अंदर धारण की हुई है, भाव के परमात्मा का नाम धारण किया होया है। जन्म मरण का दुख निवार है। पातशाह कहिंदे, भाई आ तुहाडी आ लक्कड़ दी पत्थर दी माला दा पता नहीं है, पर जिहड़े हरी दे नाम दी माला है ना, इह जन्म ते मरण नूं खत्म कर दिंदी है। जन्म तो मरण तो मनुख नूं निवार दिंदी है। किहड़ी जी? परमात्मा दे नाम दी माला। इस करके भागां वाली जिहड़ी गल है, असीं समझिए कि गुरु पातशाह जी ने साडे ते जो किरपा कीती ना, सतगुरु पातशाह जी ने सानू इह सिद्धांत बख्शिश कीता कि सिख जिहड़ा है ना, उह केवल परमात्मा दे नाम दी माला है जिहड़ी उह धारण करदा है। इस करके अच्छा एक बचन होर समझो जी। कई बार ना असी ना धार्मिक अस्थाना ते जाने हां, उत्थे कई बार सानू दिखा दिंदे है, इह माझे दे विच गुरद्वारा साहब है गुरु अर्जन साहब पातशाह दा, उह कहिंदे जी आह देखो गुरु अर्जन साहब दी माला है। हुण जिहड़े गुरु अर्जन साहब सतगुरु पातशाह हर हर अखर दोए ए माला बाणी च कह रहे ने भी असी भाई बाहर दी माला नूं नहीं मनदे, सिखां ने उस गुरु नूं भी माला जोड़ दिता, उस नूं जोड़ दिता माला दे नाल, क्योंकि सानूं नकल करन दी आदत बहुत पैड़ी है। इस करके तुसीं ना कदे आनंदपुर साहब जाओ, एक गल चेते आ गई,
आनंदपुर साहब तो अगे गुरु के लाहौर गुरु गोबिंद सिंह पातशाह का विआह होया। उत्थे एक नाम ही गुरद्वारा साहब गुरद्वारा सिरा साहब एक नाम रह जिहड़ी गुरु घर की मर्यादा है उहदे अनुसार सिरा बनना मुकट बनना यह मनमत है कर्मकांड है नहीं बनना। हुण उत्थे गुरद्वारा सिरा साहब बना दिता क्योंकि असी समझे ही नहीं है। सेरा कोई कुरूप हुंदा सी पुराने समय बच्चियां आपस में रिश्ते हुंदे सी वो एक दूजे देखा नहीं सी जांदा इस करके किसी मनुख की कुरूपता को छुपाउण दे लई सेरा बन दिता जांदा सी वी एक करी विआह होण दे बाद विच कुछ नहीं होना। इस करके गुरु गोबिंद सिंह पातशाह नूं पाई सेरा बनन दी की लोड़ पई पर असी बना दित्तियां उह गल्लां ਇਹ ਬਣ ਜਾਂਦੀਆਂ ਨੇ ਬਹੁਤ ਗੱਲਾਂ ਐਸੀਆਂ। ਇਸੇ ਤਰ੍ਹਾਂ ਜਿਹੜੇ ਸਤਿਗੁਰੂ ਪਾਤਸ਼ਾਹ ਖੁਦ ਕਹਿ ਰਹੇ ਨੇ ਹਰ ਹਰ ਅੱਖਰ ਦੋਏ ਇਹ ਮਾਲਾ ਜਿਹੜੇ ਗੁਰੂ ਗ੍ਰੰਥ ਅਰਜਨ ਸਾਹਿਬ ਸਤਿਗੁਰੂ ਪਾਤਸ਼ਾਹ ਇਹ ਬਾਣੀ ਭਗਤ ਕਬੀਰ ਸਾਹਿਬ ਦੀ ਦਰਜ ਕਰਦੇ ਪਏ ਨੇ ਕਿ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਜਿਹੜੇ ਗੁਰੂ ਅਰਜਨ ਸਾਹਿਬ ਸਤਿਗੁਰੂ ਪਾਤਸ਼ਾਹ ਬਾਣੀ 'ਚ ਇਹ ਬਚਨ ਦਰਜ ਕਰ ਰਹੇ ਨੇ ਕਿ ਮਾਥੇ ਤਿਲਕ ਹੱਥ ਮਾਲਾ ਬੰਨਾ ਲੋਕਣ ਰਾਮ ਖਲੋਨਾ ਜਾਨਾ ਸਿੱਖਾਂ ਨੇ ਉਸ ਗੁਰੂ ਨੂੰ ਮਾਲਾ ਜੋੜ ਦਿੱਤਾ ਵੀ ਆਹ ਗੁਰੂ ਅਰਜਨ ਸਾਹਿਬ ਦੀ ਮਾਲਾ ਹੈ ਕਿਸੇ ਦੇ ਕਹਿਣ ਨਾਲ ਨਹੀਂ ਗੁਰਮੁਖੋ ਅਸੀਂ ਤਾਂ ਗੁਰੂ ਦੀ ਬਾਣੀ ਨੂੰ ਮੰਨਣਾ ਹੈ। ਕਬੀਰ ਸਾਹਿਬ ਕਹਿੰਦੇ ਲੋਕਣ ਰਾਮ ਖਲੋਨਾ ਜਾਨਾ ਲੋਕਾਂ ਨੇ ਪਰਮਾਤਮਾ ਨੂੰ ਖਲੋਣੇ ਦਾ ਅਰਥ ਹੈ ਇਆਣਾ ਬਾਲਕ ਛੋਟਾ ਬੱਚਾ ਸਮਝਿਆ ਹੋਇਆ ਜਿਵੇਂ ਛੋਟੇ ਬੱਚੇ ਨੂੰ ਗੁਰਮੁਖੋ ਜਦੋਂ ਮਾਂ ਕਈ ਵਾਰ ਪਿਤਾ ਖੁਸ਼ ਕਿਵੇਂ ਕਰਦਾ ਉਹ ਕਦੇ ਮੂੰਹ ਜਾਂ ਪੁੱਠਾ ਸਿੱਧਾ ਬਣਾ ਲੈਂਦਾ ਬੱਚਾ ਹੱਸ ਪੈਂਦਾ ਕਦੇ ਸਿਰ ਉੱਤੇ ਕੁਛ ਰੱਖ ਲੈਂਦੇ ਬੱਚਾ ਹੱਸ ਪੈਂਦਾ ਇੱਦਾਂ ਹੁੰਦਾ ਨਾ ਬੱਚੇ ਨੂੰ ਵੱਖ ਵੱਖ ਰੂਪ ਬਣਾ ਕੇ ਦਿਖਾਈਏ ਬੱਚਾ ਹੱਸੀ ਜਾਂਦਾ ਕੋਲੇ ਬੈਠਾ ਖੁਸ਼ ਹੋਈ ਜਾਂਦਾ। ਕਬੀਰ ਸਾਹਿਬ ਕਹਿੰਦੇ ਹੋ ਤੁਸੀਂ ਪਰਮਾਤਮਾ ਨੂੰ ਵੱਖ ਵੱਖ ਰੂਪ ਬਣਾ ਕੇ ਦਿਖਾਉਂਦੇ ਹੋ ਵੀ ਕਦੇ ਮਾਲਾ ਬਣਾ ਕੇ ਮਾਲਾ ਪਾ ਕੇ ਦਿਖਾ ਦਿੱਤੀ ਕਦੇ ਤਿਲਕ ਲਾ ਕੇ ਦਿਖਾ ਦਿੱਤਾ ਕਦੇ ਹੱਥ ਸਿਰ 'ਤੇ ਮੁਕਟ ਬੰਨ੍ਹ ਕੇ ਦਿਖਾ ਦਿੱਤਾ। ਭਾਈ ਬੱਚਾ ਤਾਂ ਖੁਸ਼ ਹੁੰਦਾ ਹੁੰਦਾ ਪਰਮਾਤਮਾ ਨਹੀਂ ਖੁਸ਼ ਹੁੰਦਾ ਹੁੰਦਾ ਹੈ ਰੂਪ 'ਚ ਬਦਲ ਕੇ ਦਿਖਾ ਦਿਖਾ ਕੇ ਬੱਚਾ ਤਾਂ ਹੱਸ ਪੈਂਦਾ ਪਰ ਪਰਮਾਤਮਾ ਥੋੜ੍ਹਾ ਕੋਈ ਤੁਸੀਂ ਪਰਮਾਤਮਾ ਨੂੰ ਬੱਚਾ ਸਮਝਿਆ ਮਾਥੇ ਤਿਲਕ ਹੱਥ ਮਾਲਾ ਬੰਨਣਾ ਰੋਗਣ ਰਾਮ ਖਲੋਣਾ ਜਾਣਾ ਵੀ ਤੁਹਾਡੇ ਤਿਲਕ ਨੂੰ ਦੇਖ ਕੇ ਤੁਹਾਡੀ ਮਾਲਾ ਦੇਖ ਕੇ ਰੱਬ ਖੁਸ਼ ਹੋ ਜਾਏਗਾ ਨਹੀਂ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜਪਨੀ ਕਾਠ ਕੀ ਇਹ ਭਾਈ ਜਿਹੜੀ ਇਹ ਰੁਦਰਾਕਸ਼ ਦੀ ਇਹ ਲੱਕੜ ਦੀ ਮਾਲਾ ਹੈ ਕਿਆ ਦਿਖ ਲਾਵੇ ਲੋਏ ਭਾਈ ਕੀ ਸੰਸਾਰ ਨੂੰ ਦਿਖਾ ਰਿਹਾ ਹੈ ਹਿਰਦੈ ਰਾਮ ਨਾ ਚੇਤੈ ਜੇ ਹਿਰਦੇ ਵਿੱਚੋਂ ਰਾਮ ਨੂੰ ਚੇਤੇ ਨਹੀਂ ਕੀਤਾ ਜੇ ਵਾਹਿਗੁਰੂ ਪਰਮੇਸ਼ਰ ਨੂੰ ਅੰਦਰ ਮਨ ਤੋਂ ਸਿਮਰਿਆ ਨਹੀਂ ਇਹ ਜਪਨੀ ਕਿਹਾ ਹੋਏ ਇਹ ਜਪਨੀ ਦੇ ਨਾਲ ਇਸ ਮਾਲਾ ਦੇ ਨਾਲ ਕੀ ਹੋ ਜਾਏਗਾ। ਕਬੀਰ ਬਿਰਹੋਂ ਪਯੰਗਮ ਮਨ ਬਸੈ ਮੰਤ ਨ ਮਾਨੈ ਕੋਈ ਅਗਲਾ ਬਚਨ ਹੇ ਕਬੀਰ ਬਿਰਹੋਂ ਬਿਰਹੋਂ ਦਾ ਅਰਥ ਹੁੰਦਾ ਹੈ ਵਿਛੋੜਾ ਪਯੰਗਮ ਕਹਿੰਦੇ ਨੇ ਸੱਪ ਨੂੰ ਬਿਰਹੋਂ ਪਯੰਗਮ ਦਾ ਅਰਥ ਹੈ ਵਿਛੋੜੇ ਰੂਪੀ ਸੱਪ ਮਨ ਬਸੈ ਕਹਿੰਦੇ ਮੇਰੇ ਮਨ ਵਿੱਚ ਵਿਛੋੜੇ ਰੂਪੀ ਸੱਪ ਦਾ ਵਾਸਾ ਹੋ ਗਿਆ ਮੰਤ ਨਾ ਮਾਨੈ ਕੋਈ ਇੱਕ ਬਚਨ ਸਮਝੋ ਜਿਹੜਾ ਗੁਰਮੁਖੋ ਪਰਮਾਤਮਾ ਤੋਂ ਵਿਛੋੜਾ ਹੈ ਨਾ ਇੱਕ ਵਿਛੋੜਾ ਹੈ ਦੁਨਿਆਵੀ ਵਿਛੋੜਾ ਇੱਕ ਹੈ ਪਰਮਾਤਮਾ ਤੋਂ ਅਤੇ ਬਾਬਾ ਫਰੀਦ ਸਾਹਿਬ ਦਾ ਇੱਕ ਸ਼ਬਦ ਆਉਂਦਾ ਹੈ ਬਿਰਹੋ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ ਬਿਰਹਾ ਬਿਰਹਾ ਲੋਕ ਆਖਦੇ ਆ ਵੀ ਬੜਾ ਬੁਰਾ ਹੈ ਵਿਛੋੜਾ ਬਹੁਤ ਮਾੜਾ ਹੈ ਪਰ ਫਰੀਦ ਸਾਹਿਬ ਕਹਿੰਦੇ ਬਿਰਹਾ ਤੂੰ ਸੁਲਤਾਨ ਤੂੰ ਤੇ ਸੁਲਤਾਨ ਹੈ ਤੂੰ ਤੇ ਪਾਤਸ਼ਾਹ ਤੂੰ ਤੇ ਬਹੁਤ ਚੰਗਾ ਹੈ ਇਹ ਵਿਛੋੜੇ ਦੁਨੀਆ ਤੈਨੂੰ ਮਾੜਾ ਸਮਝਦੀ ਹੈ
ਪਰ ਤੂੰ ਤੇ ਬਹੁਤ ਚੰਗਾ, ਤੂੰ ਤੇ ਸੁਲਤਾਨ ਹੈ। ਪੁੱਛਿਆ ਕਿਉਂ ਸੁਲਤਾਨ ਹੈ, ਕਿਉਂ ਚੰਗਾ ਵਿਛੋੜਾ? ਕਹਿਣ ਲੱਗੇ ਭਾਈ ਪਰਮਾਤਮਾ ਦਾ ਵਿਛੋੜਾ ਕਦੇ ਸਾਨੂੰ ਮਹਿਸੂਸ ਹੋ ਜਾਏ, ਕਦੇ ਸਾਨੂੰ ਇਹ ਮਹਿਸੂਸ ਹੋ ਜਾਏ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਕਦੇ ਗੁਰਮੁਖੋ ਮਨ ਨੂੰ ਲੱਗੇ ਇਹ ਵੀ ਅਸੀਂ ਵਿਛੜੇ ਹੋਏ ਹਾਂ, ਬਹੁਤ ਜਨਮ ਵਿਛੜੇ ਥੇ ਮਾਧੋ। ਕਦੇ ਅੰਦਰ ਦਾ ਮਨ ਇਹ ਸਵੀਕਾਰ ਕਰ ਲਵੇ ਮੈਂ ਰੱਬ ਤੋਂ ਦੂਰ ਹੋਇਆ ਹਾਂ, ਮੈਂ ਵਿਛੜਿਆ ਹੋਇਆ ਰੱਬ ਤੋਂ, ਅਤੇ ਮੇਰਾ ਮਕਸਦ ਕੀ ਹੈ? ਰੱਬ ਨਾਲ ਮਿਲਾਪ ਕਰਨਾ। ਜੇ ਕਿਤੇ ਰੱਬ ਦਾ ਵਿਛੋੜਾ ਅੰਦਰ ਜਾਗ ਪਏ ਫਿਰ ਹੇ ਬਿਰਹਾ ਤੂੰ ਚੰਗਾ ਹੀ ਹੈ ਨਾ, ਇਹ ਵਿਛੋੜੇ ਦਾ ਅਹਿਸਾਸ ਤਾਂ ਚੰਗਾ ਹੀ ਹੈ ਗੁਰਮੁਖੋ। ਅਤੇ ਫਿਰ ਸਾਹਿਬ ਕਹਿੰਦੇ ਜਿਸ ਤਨ ਦੇ ਵਿੱਚ ਪਰਮਾਤਮਾ ਦੇ ਵਿਛੋੜੇ ਦੀ ਮਹਿਸੂਸਤਾ ਨਹੀਂ ਹੈ ਉਹ ਤਨ ਤਾਂ, ਉਹ ਸਰੀਰ ਤਾਂ ਸ਼ਮਸ਼ਾਨ ਘਾਟ ਦੇ ਸਮਾਨ ਹੈ। ਇਸ ਕਰਕੇ ਇਹ ਵਿਛੋੜਾ ਤੇ ਚੰਗਾ ਹੈ। ਇੱਥੇ ਇੱਥੇ ਵੀ ਗੱਲ ਕਰਦੇ ਪਏ ਨੇ ਕਬੀਰ ਬਿਰਹ ਪੁਅੰਗਮ ਮਨ ਵਸੈ, ਮੇਰੇ ਮਨ ਵਿੱਚ ਵਿਛੋੜੇ ਦਾ ਸੱਪ ਹੈ ਜਿਹੜਾ ਉਹ ਵਸ ਗਿਆ। ਮੰਤ ਨ ਮਾਨੈ ਕੋਈ, ਹੁਣ ਮੈਂ ਕਿਸੇ ਹੋਰ ਮੰਤਰ ਨੂੰ ਨਹੀਂ ਮੰਨਦਾ, ਮੈਂ ਕਿਸੇ ਹੋਰ ਜਾਪ ਨੂੰ, ਕਿਸੇ ਹੋਰ ਤੰਤਰ ਨੂੰ, ਕਿਸੇ ਹੋਰ ਮੰਤਰ ਦਾ ਅਸਰ ਹੀ ਨਹੀਂ ਹੁੰਦਾ ਮੇਰੇ ਉੱਤੇ। ਕਿਉਂ? ਮੇਰੇ ਅੰਦਰ ਤੇ ਪਰਮਾਤਮਾ ਦਾ ਵਿਛੋੜਾ ਹੈ ਤੇ ਮਿਲਾਪ ਦੀਆਂ ਅਰਦਾਸਾਂ ਮੈਂ ਕਰ ਰਿਹਾ। ਦੋ ਗੱਲਾਂ ਨੇ ਗੁਰਮੁਖ, ਵਿਛੋੜੇ ਦਾ ਅਹਿਸਾਸ ਹੋ ਜਾਏ। ਦੇਖੋ ਜਿਹੜੇ ਜਿਹੜੇ ਚਾਰ ਦੁੱਖਾਂ ਦੀ ਗੱਲ ਨਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬਾਣੀ 'ਚ ਕੀਤੀ, ਗੁਰਮੁਖ ਉਹਦੇ 'ਚ ਪਰਮਾਤਮਾ ਤੋਂ ਵਿਛੋੜਾ ਵੀ ਇੱਕ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੁੱਲੈ ਦਾਰੂ ਲੈ। ਵਿਛੋੜੇ ਨੂੰ ਦੁੱਖ ਦੱਸਿਆ, ਪਰ ਇਹ ਦੁੱਖ ਚੰਗਾ ਹੈ ਭਾਈ ਜਿਹੜਾ ਤੈਨੂੰ ਪਰਮਾਤਮਾ ਤੋਂ ਦੂਰ ਹੋਣ ਦਾ ਅਹਿਸਾਸ ਕਰਾਉਂਦਾ ਹੈ। ਕਦੇ ਇਹ ਦੁੱਖ, ਇਹ ਵਿਛੋੜਾ ਸਾਡੇ ਸਾਰਿਆਂ ਅੰਦਰ ਗੁਰਮੁਖੋ ਜਾਗ ਪਏ। ਇਸੇ ਤਰ੍ਹਾਂ ਦੇ ਨਾਲ ਬਿਰਹੋਂ ਪੁਅੰਗਮ ਮਨ ਵਸੈ, ਮੰਤ ਨ ਮਾਨੈ ਕੋਈ, ਹੁਣ ਮੇਰਾ ਮਨ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਹੋਰ ਨੂੰ ਮੰਨਦਾ ਹੀ ਨਹੀਂ, ਕਿਉਂਕਿ ਸਮਝ ਪੈ ਗਈ ਹੈ ਪਰਮਾਤਮਾ ਤੋਂ ਵਿਛੋੜਾ ਅਤੇ ਪਰਮਾਤਮਾ ਦੇ ਨਾਮ ਨੇ ਹੀ ਦੂਰ ਕਰਨਾ ਹੈ। ਰਾਮ ਬਿਯੋਗੀ ਨਾ ਜੀਏ, ਰਾਮ ਬਿਯੋਗੀ ਦਾ ਅਰਥ ਹੈ ਜਿਸ ਦੇ ਹਿਰਦੇ ਵਿੱਚ ਰਾਮ ਦਾ ਵੈਰਾਗ ਪੈਦਾ ਹੋ ਜਾਏ। ਬਿਯੋਗੀ ਦਾ ਕੀ ਅਰਥ ਹੈ? ਵੈਰਾਗ। ਜਿਸ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਵੈਰਾਗ ਪੈਦਾ ਹੋ ਜਾਏ। ਨਾ ਜੀਏ, ਨਾ ਜੀਏ ਦਾ ਕੀ ਅਰਥ ਹੈ? ਜਿਉਂਦਾ ਤਾਂ ਹੈ ਪਰ ਉਹ ਗੁਰਮੁਖੋ ਵਿਕਾਰਾਂ ਦੇ ਲਈ ਨਹੀਂ ਜਿਉਂਦਾ। ਨਾ ਜੀਏ ਦਾ ਕੀ ਅਰਥ ਹੈ? ਉਹ ਸਰੀਰ ਦੇ ਸਵਾਦਾਂ ਲਈ ਨਹੀਂ ਜਿਉਂਦਾ। ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਵਿਛੋੜੇ ਦਾ ਅਹਿਸਾਸ ਹੈ, ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਵੈਰਾਗ ਹੈ, ਨਾ ਜੀਏ, ਉਹ ਫਿਰ ਗੁਰਮੁਖੋ ਸਰੀਰ ਦੀਆਂ ਸਵਾਦਾਂ ਲਈ ਨਹੀਂ ਜਿਉਂਦਾ। ਅਸੀਂ ਜਿਤਨੀ ਜ਼ਿੰਦਗੀ ਜੀ ਰਹੇ ਹਾਂ ਝਾਤੀ ਮਾਰ ਕੇ ਦੇਖੀਏ, ਅਸੀਂ ਤਾਂ ਗੁਰਮੁਖੋ ਸਰੀਰਕ ਇੰਦਰੀਆਂ ਦੇ ਲਈ, ਵਿਕਾਰਾਂ ਦੇ ਲਈ ਜੀ ਰਹੇ ਹਾਂ। ਸਾਡੀ ਜ਼ਿੰਦਗੀ ਦਾ ਮਕਸਦ ਇਹੀ ਹੈ ਨਾ। ਹੁਣ ਜਿਸ ਬੰਦੇ ਨੂੰ ਇਹੀ ਭੁੱਖ ਹੈ ਵੀ ਮੇਰੀ ਵਡਿਆਈ ਹੋਣੀ ਚਾਹੀਦੀ ਹੈ, ਇਹ ਕੀ ਹੈ? ਕੰਨਾਂ ਲਈ ਜੀ ਰਿਹਾ। ਇਹਦਾ ਅਰਥ ਕੀ ਬਣਦਾ? ਵੀ ਕੰਨਾਂ ਲਈ ਜੀ ਰਿਹਾ ਵੀ ਕੰਨਾਂ 'ਚ ਇਹ ਆਵਾਜ਼ ਪਵੇ ਵੀ ਤੇਰੇ ਵਰਗਾ ਤਾਂ ਬੰਦਾ ਹੀ ਕੋਈ ਨਹੀਂ, ਤੇਰੇ ਵਰਗਾ ਤਾਂ ਦਨੀ ਕੋਈ ਨਹੀਂ, ਤੇਰੇ ਵਰਗਾ ਤਾਂ ਬੰਦਗੀ ਕਰਨ, ਅੱਖਾਂ ਦੀ ਅੱਖਣ ਸ਼ੋਭਾ ਦੇ ਲਈ ਤੂੰ ਜੀ ਰਿਹਾ ਬਸ ਇਹਦੇ ਲਈ ਹੁੰਦਾ। ਗੁਰਮੁਖ ਅੱਖਾਂ ਲਈ ਜਿਉਂਦੇ ਹਾਂ ਅਸੀਂ ਵੀ, ਅੱਖਾਂ 'ਤੇ ਸੋਹਣੇ ਸੋਹਣੇ ਦ੍ਰਿਸ਼ ਦਿਸਣੇ ਚਾਹੀਦੇ ਨੇ। ਬੰਦਾ ਘੁੰਮਦਾ ਫਿਰਦਾ, ਪਹਾੜਾਂ 'ਤੇ ਜਾਂਦਾ, ਦੂਰ ਦੂਰ ਯਾਤਰਾਵਾਂ ਕਰਦਾ, ਕਹਿੰਦੇ ਜੀ ਬਹੁਤ ਸੋਹਣੇ ਦ੍ਰਿਸ਼ ਨੇ ਉੱਥੇ, ਵੀ ਅੱਖਾਂ ਦਾ ਸਵਾਦ ਮਾਨਣ ਦੇ ਲਈ ਜੀ ਰਿਹਾ। ਕਈ ਬੰਦੇ ਨਹੀਂ ਹੁੰਦੇ ਕਹਿੰਦੇ ਜ਼ਿੰਦਗੀ ਭਰ ਘੁੰਮਦੇ ਰਹੇ ਜੀ, ਵੀ ਅੱਖਾਂ ਦਾ ਸਵਾਦ ਮਾਣਦਾ ਰਿਹਾ ਸਰ, ਅੱਖਾਂ ਲਈ ਜਿਉਂਦਾ ਰਿਹਾ। ਕਈ ਐਸੇ ਹੁੰਦੇ ਨੇ ਸਵੇਰ ਤੋਂ ਖਾਣ ਤੱਕ ਖਾਣ 'ਤੇ ਜ਼ੋਰ ਹੈ, ਪੇਟ ਲਈ ਜੀ ਰਹੇ ਹਾਂ ਸਿਰਫ। ਹੁੰਦਾ ਨਹੀਂ, ਕਈ ਵਾਰ ਤਾਂ ਕਈ ਤਾਂ ਘਰ ਐਸੇ ਸਾਨੂੰ ਮਿਲ ਜਾਂਦੇ ਨੇ ਬੀਬੀਆਂ ਭੈਣਾਂ ਇੱਕ ਤਾਂ ਰਸੋਈ 'ਚ ਰਹਿੰਦੀਆਂ, ਸਵੇਰੇ ਚਾਹ ਬਣ ਗਈ 7 ਕੁ ਵਜੇ, 9 ਕੁ ਵਜੇ ਪਰੌਂਠੇ ਬਣ ਗਏ, 11 ਵਜੇ ਫਿਰ ਚਾਹ ਬਣ ਗਈ,
ਭੈਣ ਲੰਚ ਦਾ ਟਾਈਮ ਹੋ ਗਿਆ ਜੀ ਡੇਢ ਵਜੇ ਨੂੰ, ਚਾਰ ਵਜੇ ਫਿਰ ਚਾਹ ਨਾਲ ਕੁਛ ਖਾਣਾ, ਛੇ ਵਜੇ ਫਿਰ ਰੋਟੀ ਪਾਣੀ ਪੈ ਗਿਆ। ਹੁੰਦਾ ਹੀ ਇੱਦਾਂ ਵੀ ਸਾਰਾ ਦਿਨ ਖਾਣ ਦੀ ਗੱਲ ਹੀ ਹੈ, ਖਾਣ ਦੀ ਗੱਲ ਹੀ ਹੈ ਵੀ ਪੇਟ ਲਈ ਜੀ ਰਹੇ ਹਾਂ। ਸਾਡੇ ਹੁੰਦਾ ਕਈ ਵਾਰ ਸਵੇਰੇ ਛੇ ਵਜੇ ਲੰਗਰ ਲਾਓ ਜੀ ਪੂੜੀਆਂ ਦਾ, ਵੀ ਛੇ ਵਜੇ ਕਿਹਨੂੰ ਭੁੱਖ ਲੱਗਦੀ ਹੁੰਦੀ ਹੈ। ਕਮਾਲ ਦੀ ਗੱਲ ਹੈ ਨਾ ਵੀ ਲੰਗਰ 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 ਕੀ ਹੁੰਦਾ, ਲੰਗਰ ਜ਼ਰੂਰਤ ਸੀ ਆ, ਲੰਗਰ ਕੋਈ ਵਿਖਾਵਾ ਥੋੜ੍ਹਾ ਹੈ, ਲੰਗਰ ਇੱਕ ਜ਼ਰੂਰਤ ਹੈ ਨਾ ਵੀ ਠੀਕ ਹੈ ਭਾਈ ਗੁਰਦੁਆਰਾ ਸਾਹਿਬ ਚੱਲਾਂਗੇ, ਦੋ ਘੰਟੇ ਬਾਣੀ ਪੜ੍ਹਾਂਗੇ, ਭੁੱਖ ਲੱਗ ਪੈਂਦੀ ਬੰਦੇ ਨੂੰ ਭਾਈ, 8 ਵੱਜ ਗਏ 9 ਵੱਜ ਗਏ ਚਲੋ ਹੁਣ ਖਾਣ ਦਾ ਟਾਈਮ ਹੋ ਗਿਆ ਹੁਣ ਛਕਦੇ ਹਾਂ ਲੰਗਰ, ਅਤੇ 6 ਵਜੇ ਕਿਹਨੂੰ ਭੁੱਖ ਲੱਗਦੀ ਪੂਰੀਆਂ ਦੀ, ਦਿਖਾਵਾ ਹੀ ਬਣ ਗਿਆ ਵੀ ਲਾਉਣਾ ਹੈ ਜੀ ਅਸੀਂ, ਲਾਉਣਾ ਨਹੀਂ ਮਾੜਾ ਪਰ ਟਾਈਮ ਗਲਤ ਹੈ। ਅਸੀਂ ਕਿਹੜਾ ਬੰਦਾ ਨਾ 6 ਵਜੇ ਪਰੌਂਠੇ ਖਾ ਲੈਂਦਾ ਇੱਦਾਂ, ਕਿਉਂਕਿ ਪੇਟ ਲਈ ਫਿਕਰ ਹੀ ਇਹ ਪਿਆ ਹੁੰਦਾ, ਬਾਣੀ ਸੁਣਨੀ ਆ, ਕੀਰਤਨ ਚੱਲਦਾ ਪਿਆ, ਚਲੋ ਜੀ ਉੱਧਰ ਨੂੰ, ਕਿਉਂਕਿ ਫਿਕਰ ਹੀ ਪੇਟ ਦਾ ਪਿਆ ਹੋਇਆ, ਜੀ ਰਹੇ ਹਾਂ ਪੇਟ ਦੇ ਲਈ, ਬਸ ਸਵਾਦ ਲਈ ਜੀ ਰਹੇ ਹਾਂ। ਪਰਮਾਤਮਾ ਦਾ ਭਗਤ ਨਹੀਂ ਜਿਉਂਦਾ, ਰਾਮ ਵਿਯੋਗੀ ਨਾ ਜੀਐ, ਰਾਮ ਦੇ ਵਿਰਾਗ ਵਾਲਾ ਪੇਟ ਲਈ ਨਹੀਂ ਜਿਉਂਦਾ, ਜੀਐ ਤਾਂ ਬੌਰਾ ਹੋਏ, ਜਿਉਂਦਾ ਹੈ ਜਿਉਂਦਾ ਤਾਂ ਹੈ, ਜੀਐ ਤਾਂ ਬੌਰਾ ਹੋਏ, ਕਹਿਣ ਲੱਗੇ ਜਿਉਂਦਾ ਤਾਂ ਹੈ ਪਰ ਭਾਈ ਉਹ ਇਹਨਾਂ ਸਰੀਰ ਦੇ ਸਵਾਦਾਂ ਵਾਲੇ ਪਾਸੇ ਤੋਂ ਬੌਰਾ ਹੋ ਕੇ ਜਿਉਂਦਾ, ਇਸ ਇਹਨਾਂ ਸਵਾਦਾਂ ਤੋਂ ਪਾਸੇ ਹੋ ਕੇ ਆਪਣੀ ਜ਼ਿੰਦਗੀ ਮਾਣਦਾ, ਉਹ ਤਾਂ ਕੇਵਲ ਮਕਸਦ ਇੱਕੋ ਹੀ ਹੁੰਦਾ ਪਰਮਾਤਮਾ ਦੇ ਨਾਮ ਦਾ ਆਨੰਦ ਲੈਣ ਵਾਸਤੇ ਆਇਆ ਹਾਂ, ਮੈਂ ਤਾਂ ਗੁਰਬਾਣੀ ਦਾ ਰਸ ਲੈਣ ਵਾਸਤੇ ਆਇਆ ਹਾਂ, ਪੇਟ ਦੀ ਭੁੱਖ ਦਾ ਕੀ ਆ ਭਾਈ ਘਰੇ ਵੀ ਬੁਝਾ ਲਵਾਂ। ਜਿਤਨੀ ਦੇਰ ਆਇਆ ਵੱਧ ਤੋਂ ਵੱਧ, ਕਬੀਰ ਇਹ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤਨ ਕੀਨੇ ਗੋਸ਼ਟੇ ਜੋ ਕੀਨੇ ਸੋਲਾ, ਵੱਧ ਤੋਂ ਵੱਧ ਸਮਾਂ ਮੈਂ ਸਤਸੰਗਤ ਕਰ ਸਕਾਂ, ਲਾਭ ਤਾਂ ਮੈਨੂੰ ਇਸੇ ਦਾ ਹੀ ਮਿਲਣਾ ਹੈ। ਇਸ ਕਰਕੇ ਪਰਮਾਤਮਾ ਦਾ ਭਗਤ ਹੈ ਕਬੀਰ ਸਭ ਕਹਿੰਦੇ, ਪਹਿਲਾ ਸਲੋਕ ਕਿਹਾ ਦਿਖਾਵੀ ਦੀ ਜ਼ਿੰਦਗੀ ਨਹੀਂ ਜਿਉਂਦਾ, ਦੂਜਾ ਸਲੋਕ ਵਿੱਚ ਇਹ ਬਚਨ ਕਿਹਾ ਕਹਿਣ ਲੱਗੇ ਉਹ ਸਵਾਦਾਂ ਦੇ ਲਈ ਨਹੀਂ ਜਿਉਂਦਾ, ਉਹ ਪਰਮਾਤਮਾ ਦੇ ਨਾਮ ਰਸ ਲਈ ਜਿਉਂਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਪੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਰਾਮ ਕਰੀ ਨਾਮ ਦੀ ਕਿਆ।